ਤੁਸੀਂ ਜੁੜੇ ਹੋ ਹਲਚਲ ਟੀਵੀ ਕੈਨੇਡਾ ਨਾਲ। ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ। ਪੰਜਾਬੀਆਂ ਦਾ ਅਤੇ ਚਾਹ ਦਾ ਰਿਸ਼ਤਾ ਬਹੁਤ ਹੀ ਪੁਰਾਣਾ ਹੈ। ਜਦੋਂ ਵੀ ਅਸੀਂ ਰਿਸ਼ਤੇਦਾਰਾਂ ਦੇ ਜਾਂਦੇ ਹਾਂ ਤਾਂ ਚਾਹ ਜ਼ਰੂਰ ਡਿਮਾਂਡ ਕਰਦੇ ਹਾਂ ਕਿ ਚਾਹ ਪਿਲਾਈ ਜਾਵੇ। ਰਿਸ਼ਤੇਦਾਰ ਵੀ ਸੁਲਾ ਜ਼ਰੂਰ ਮਾਰਦੇ ਨੇ, ਚਾਹ ਪੀਓ ਜਾਂ ਚਾਹ ਪੀ ਕੇ ਜਾਇਓ। ਪਰ ਅੱਜ ਤੁਹਾਨੂੰ ਜਿਨ੍ਹਾਂ ਨੂੰ ਮਿਲਾਉਣ ਜਾ ਰਹੇ ਹਾਂ ਅਸੀਂ, ਉਹ ਬਦਾਮਾਂ ਵਾਲੀ ਚਾਹ, ਫੁੱਲ ਪੱਤਿਆਂ ਵਾਲੀ ਚਾਹ ਅਤੇ ਹੋਰ ਵੀ ਤਰ੍ਹਾਂ ਤਰ੍ਹਾਂ ਦੀ ਚਾਹ ਜਿਹੜੀ ਬਣਾਉਂਦੇ ਨੇ। ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਜਦੋਂ ਥੱਲੇ ਨੂੰ ਉਤਰੀਦਾ ਰੇਲਵੇ ਸਟੇਸ਼ਨ ਵਾਲੇ ਰੋਡ 'ਤੇ ਹਾਂ। ਉੱਥੇ ਹੀ ਇਹ ਛੋਟੀ ਜਿਹੀ ਦੁਕਾਨ ਹੈ ਵਿੱਕੀ ਟੀ ਸਟਾਲ, ਜਿਹੜੇ ਜੇ ਚਾਹ ਬਣਾਉਂਦੇ ਨੇ। ਚਾਹੇ ਦੁਕਾਨ ਛੋਟੀ ਹੈ ਲੇਕਿਨ ਚਾਹ ਬੜੀਆਂ ਤਰ੍ਹਾਂ ਦੀਆਂ ਬਣਦੀਆਂ ਨੇ ਇੱਥੇ। ਹਰ ਤਰ੍ਹਾਂ ਦੀ ਬਦਾਮਾਂ ਵਾਲੀ ਚਾਹ, ਫੁੱਲਾਂ ਵਾਲੀ ਚਾਹ ਅਤੇ ਚਾਹ ਦੀਆਂ ਵਰਾਇਟੀਆਂ ਵੀ ਬਹੁਤ ਜ਼ਿਆਦੀਆਂ ਨੇ। ਵਿੱਕੀ ਭਾਅ ਜੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਕਿਉਂਕਿ ਚਾਹ ਜਿਹੜੀ ਇਹਨਾਂ ਦੀ ਦੂਰੋਂ ਦੂਰੋਂ ਸੈਲਾਨੀ ਆਉਂਦੇ ਨੇ, ਵੱਡੇ ਵੱਡੇ ਰਾਜਨੇਤਾ ਤੋਂ ਲੈ ਕੇ ਅਭਿਨੇਤਾ ਅਤੇ ਅਦਾਲਤਾਂ ਦੇ ਜੱਜ ਵੀ ਜਿਹੜੇ ਆਉਂਦੇ ਨੇ ਤਾਂ ਚਾਹ ਜ਼ਰੂਰ ਪੀਂਦੇ ਨੇ। ਸੋ ਗੱਲਬਾਤ ਕਰਦੇ ਹਾਂ ਵਿੱਕੀ ਭਾਅ ਜੀ ਨਾਲ। ਵਿੱਕੀ ਜੀ ਪਹਿਲਾਂ ਜੀ ਆਇਆਂ ਨੂੰ ਜੀ, ਤੁਹਾਡਾ ਹਲਚਲ ਟੀਵੀ ਕੈਨੇਡਾ ਦੇ। ਓ ਲਾਲੀ ਗਿੱਲ ਜੀ, ਤੁਹਾਡਾ ਧੰਨਵਾਦ ਸਾਡੇ ਕੋਲ ਆਏ। ਭਾਅ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਵੀ ਅਸੀਂ ਰਿਸ਼ਤੇਦਾਰਾਂ ਦੇ ਵੀ ਜਾਂਦੇ ਹਾਂ ਤਾਂ ਚਾਹ ਦੀ ਡਿਮਾਂਡ ਜ਼ਰੂਰ ਕੀਤੀ ਜਾਂਦੀ ਹੈ। ਚਾਹੇ ਰਿਸ਼ਤੇਦਾਰ ਵੀ ਸਾਨੂੰ ਚਾਹੇ ਪੁੱਛਦੇ ਨੇ ਕਿ ਚਾਹ ਪੀਣੀ ਹੈ ਜਾਂ ਨਹੀਂ ਪੀਣੀ, ਤਾਂ ਕਿਸ ਤਰ੍ਹਾਂ ਦੀਆਂ ਚਾਹਵਾਂ ਬਣਾਈ ਜਾਂਦੀ ਹੈ ਤੁਹਾਡੇ ਵੱਲੋਂ? ਅਸੀਂ ਪਰ ਸਾਨੂੰ ਪਤਾ ਚੱਲਿਆ ਇੱਥੇ ਬਹੁਤ ਤਰ੍ਹਾਂ ਦੀ ਚਾਹ ਬਣਦੀ ਹੈ ਜੀ, ਕਿੰਨੇ ਤਰ੍ਹਾਂ ਦੀ ਚਾਹ ਬਣਾਈ ਜਾਂਦੀ ਹੈ? ਇੱਥੇ ਜੀ 7 ਕਿਸਮ ਦੀ ਚਾਹ ਬਣਾਈ ਜਾਂਦੀ ਹੈ। ਨੋਰਮਲ ਚਾਹ ਤੋਂ ਲੈ ਕੇ ਬਦਾਮ ਵਾਲੀ ਚਾਹ, ਕਾਜੂ ਵਾਲੀ ਚਾਹ, ਕੇਸਰ ਵਾਲੀ ਚਾਹ, ਤੜਕੇ ਵਾਲੀ ਚਾਹ, ਸਾਰੀਆਂ ਚਾਹਾਂ ਜਿਹੜੀਆਂ ਸਪੈਸ਼ਲੀ ਹੈ ਸਾਰੀਆਂ ਦੇ ਵਿੱਚ ਤੁਲਸੀ, ਗੁਲਾਬ, ਕਾਲੀ ਮਿਰਚ, ਛੋਟੀ ਇਲਾਚੀ, ਇਹ ਸਭ ਜਿਹੜੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਾਨੂੰ ਇਹ ਵੀ ਪਤਾ ਚੱਲਿਆ ਜੀ ਬਦਾਮਾਂ ਵਾਲੀ ਚਾਹ ਵੀ ਜਿਹੜੀ ਤੁਹਾਡੇ ਇੱਥੇ ਬਣਾਈ ਜਾਂਦੀ ਹੈ, ਕੀ ਉਹ ਬਦਾਮਾਂ ਵਾਲੀ ਚਾਹ ਕਿਵੇਂ ਬਣਾਉਂਦੇ ਹੋ, ਕਿੰਨੇ ਚਿਰ ਤੋਂ ਬਣਾ ਰਹੇ ਹੋ ਤੁਸੀਂ ਇਹ ਸਾਰੀਆਂ ਚਾਹਾਂ? ਜਿਸ ਜਿਹੜੀਆਂ ਬਣਾਉਂਦੇ ਹਾਂ ਅਸੀਂ ਦੂਸਰੀਆਂ ਚਾਹਾਂ ਦੇ ਨਾਲੋਂ ਹਟ ਕੇ ਬਣਾਉਂਦੇ ਹਾਂ। ਅਤੇ ਇਹ ਚਾਹ ਜਿਹੜੀ ਹੈ 1945 ਸਾਡੇ ਦਾਦਾ ਜੀ ਨੇ ਕੰਮ ਚਾਲੂ ਕੀਤਾ ਸੀ। ਜਿਸ ਪ੍ਰਕਾਰ ਦੀਆਂ ਉਹਨਾਂ ਨੇ ਚਾਹਾਂ ਬਣਾਈਆਂ ਉਸੇ ਪ੍ਰਕਾਰ ਦੀਆਂ ਚਾਹਾਂ ਅੱਜ ਅਸੀਂ ਬਣਾ ਰਹੇ ਹਾਂ। ਪਹਿਲੇ ਸਾਡੇ ਪਿਤਾ ਜੀ ਬਣਾ ਰਹੇ ਸੀ, ਉਸ ਤੋਂ ਬਾਅਦ ਮੈਂ ਚਾਹ ਬਣਾ ਰਿਹਾ ਜੀ। ਤਿੰਨ ਪੀੜ੍ਹੀਆਂ ਤੋਂ ਤੁਸੀਂ ਚਾਹ ਬਣਾਉਂਦੇ ਚਿੱਤੇ ਨਾਲ ਜੁੜੇ ਹੋਏ? ਹਾਂਜੀ। ਅਤੇ ਚੌਥੀ ਪੀੜ੍ਹੀ ਵੀ ਚਾਹ ਬਣਾਉਂਦੇ ਚਿੱਤੇ ਨਾਲ ਜੁੜੇਗੀ ਜੀ ਤੁਹਾਡੀ ਜਿਹੜੀ ਚੌਥੀ? ਅਗਲਾ ਪਰਿਵਾਰ ਜੀ, ਬੱਚੇ ਪੜ੍ਹ ਲਿਖ ਰਹੇ ਨੇ, ਪੜ੍ਹਨ ਲਿਖਣ ਤੋਂ ਬਾਅਦ ਜੈਸਾ ਉਹਨਾਂ ਦਾ ਜੀਵਨ ਚਾਹੇਗਾ ਐਸਾ ਉਹ ਆਪਣਾ ਕੰਮ ਅਪਣਾਉਣਗੇ। ਮੈਨੂੰ ਇਹ ਦੱਸੋ ਤੁਸੀਂ 7 ਤਰ੍ਹਾਂ ਦੀ ਚਾਹ ਦੱਸੀ ਹੈ ਤੁਸੀਂ ਬਣਾਉਂਦੇ ਹੋ, ਕਿੰਨੀ ਕੁ ਚਾਹ ਦੇ ਰੇਟ ਕੀ ਨੇ, ਕਿੰਨੀ ਸ਼ੁਰੂਆਤ ਹੁੰਦੀ ਨੇ ਚਾਹ ਦੀ? ਚਾਹ 20 ਰੁਪਏ ਤੋਂ ਸ਼ੁਰੂਆਤ ਹੋਏਗੀ, 200 ਰੁਪਏ ਤੱਕ ਕੱਪ ਚਾਹ ਦਾ ਹੋਏਗਾ। ਉਹਦੇ ਵਿੱਚ ਆਪਣਾ ਨੋਰਮਲ ਚਾਹ ਤੋਂ ਲੈ ਕੇ ਬਦਾਮ ਵਾਲੀ ਚਾਹ, ਤੜਕੇ ਵਾਲੀ ਚਾਹ, ਕਾਜੂ ਜੀਰ ਕੇਸਰ ਵਾਲੀ ਚਾਹ, ਉਸ ਤੋਂ ਬਾਅਦ ਕੌਫੀ ਆ ਉਹ 60 ਰੁਪਏ ਦਾ ਕੱਪ ਆ, ਹੋਰ ਬੰਦ ਮੱਖਣ, ਮੱਖਣ ਟੋਸਟ, ਪਨੀਰ ਦਾ ਸੈਂਡਵਿਚ। ਚਾਹ ਦੇ ਵਿੱਚ ਜਿਹੜਾ ਜਲ ਵਰਤਿਆ ਜਾਂਦਾ ਉਹ ਵੀ ਸਾਨੂੰ ਪਤਾ ਚੱਲਿਆ ਹਰਿਦੁਆਰ ਤੋਂ ਲਿਆਉਂਦੇ ਜੀ ਤੁਸੀਂ? ਇਹ ਅਸੀਂ ਜਾਂਦੇ ਰਹਿੰਦੇ ਹਾਂ, ਸਾਡੇ ਪਰਿਵਾਰ ਦੇ ਸਦੱਸਿਆ ਜਾਂਦੇ ਜਾਂਦੇ ਰਹਿੰਦੇ। ਉਸ ਤੋਂ ਇਲਾਵਾ ਇੱਥੇ ਅੰਮ੍ਰਿਤਸਰ ਮੰਦਰਾਂ ਦੇ ਧਾਰਮਿਕ ਸਥਾਨਾਂ ਤੋਂ ਵੀ ਸਾਨੂੰ ਇਹ ਜਲ ਜਲ ਉਪਲਬਧ ਹੋ ਜਾਂਦਾ। ਅਤੇ ਜਿਹੜੇ ਫੁੱਲ ਪੱਤੀਆਂ ਹੁੰਦੀਆਂ ਨੇ ਜ਼ਿਆਦਾਤਰ ਅਸੀਂ ਮੰਦਰਾਂ ਦੇ ਵਿੱਚ ਜਦੋਂ ਮੱਥਾ ਟੇਕਣ ਜਾਂਦੇ ਹਾਂ ਤਾਂ ਫੁੱਲ ਅਰਪਿਤ ਕਰਦੇ ਹਾਂ, ਪਰ ਤੁਸੀਂ ਚਾਹ ਦੇ ਵਿੱਚ ਫੁੱਲ ਪਾ ਰਹੇ ਹੋ, ਇਹਦੀ ਕੀ ਮਹੱਤਤਾ ਹੈ? ਇਹ ਸਵੇਰੇ ਜਦੋਂ ਅਸੀਂ ਆਪਣਾ ਮੰਦਰ ਜਾਈਦਾ, ਮੰਦਰ ਜਾ ਕੇ ਅਸੀਂ ਭਗਵਾਨ ਨੂੰ ਵੀ ਫੁੱਲ ਹੀ ਅਰਪਣ ਕਰੀਦੇ ਆ। ਉਹ ਫੁੱਲ ਜਿਹੜੇ ਗੁਲਾਬ ਦੇ ਜਿਹੜੇ ਸਵਾਸ ਲਈ ਬਹੁਤ ਅੱਛੇ ਆ, ਉਹ ਅਸੀਂ ਸਾਰੇ ਚਾਹ ਦੇ ਵਿੱਚ ਇਸਤੇਮਾਲ ਕਰੀਦੇ ਆ। ਤੁਲਸੀ ਹੈ ਜਿਹੜੀ ਐਂਟੀਬਾਇਓਟਿਕ ਆ, ਕੋਈ ਦੁੱਖ ਤਕਲੀਫ ਹੋਵੇ ਉਹਨੂੰ ਦੂਰ ਕਰਨ ਦੀ ਤੁਲਸੀ ਸ਼ਕਤੀ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਚਾਹ 'ਚ ਇਸਤੇਮਾਲ ਕਰਦੇ ਹਾਂ। ਜਿਹੜੀ ਚਾਹ ਬੰਦਾ ਪੀਂਦਾ ਵਾ ਉਹਦੇ ਲਈ ਇਹ ਮਾਤਰ ਇੰਨੀਆਂ ਚੀਜ਼ਾਂ ਦਾ ਜਿਹੜਾ ਮਿਸ਼ਰਣ ਹੀ ਹੈ, ਇਹ ਮਿਸ਼ਰਣ ਹੀ ਉਹਨਾਂ ਦੇ ਸਵਾਸ ਲਈ ਬਹੁਤ ਅੱਛਾ ਅਤੇ ਬਹੁਤ ਬਿਹਤਰ ਹੈ। ਜਿਹੜੀ ਬਦਾਮਾਂ ਵਾਲੀ ਚਾਹ ਹੈ ਵਿੱਚ ਮੈਨੂੰ ਇਹ ਦੱਸੋ ਸਿਰਫ ਤੁਸੀਂ ਬਣਾਉਂਦੇ ਹੋ ਜਾਂ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਕੋਈ ਬਣਾਉਂਦਾ ਹੈ? ਇਹ ਜਿਹੜੀਆਂ ਚਾਹਾਂ ਅਸੀਂ ਬਣਾਉਂਦੇ ਹਾਂ ਸਿਰਫ ਸਾਡੇ ਪਰਿਵਾਰ ਦੇ ਜਿਹੜੇ ਸਾਡੇ ਦਾਦਾ ਜੀ, ਸਾਡੇ ਪਿਤਾ ਜੀ ਅਤੇ ਹੋਰ ਦੇ ਸਦੱਸਿਆ ਉਹਨਾਂ ਨੂੰ ਬਣਾਉਣੀਆਂ ਨੇ, ਉਹਨਾਂ ਨੇ ਸਾਨੂੰ ਸਿਖਾਈਆਂ। ਉਸ ਤੋਂ ਬਾਅਦ ਇੰਡੀਆ ਜਾਂ ਬਾਹਰ ਕਿਸੇ ਵੀ ਰੈਸਪੀ ਦੇ ਵਿੱਚ, ਓਲਡ ਜਾਂ ਨਿਊ ਰੈਸਪੀ ਦੇ ਵਿੱਚ ਕਿਤੇ ਵੀ ਨਹੀਂ ਹੈਗੀ। ਮੈਨੂੰ ਇਹ ਦੱਸੋ ਜਿੰਨੀਆਂ ਚਾਹਾਂ ਦੀਆਂ ਤੁਸੀਂ ਵਰਾਇਟੀਆਂ ਦੱਸੀਆਂ ਨੇ, ਕੀ ਫਾਇਦੇ ਨੇ ਉਹ ਚਾਹਾਂ ਪੀਣ ਨਾਲ, ਕੀ ਫਾਇਦੇ ਹੁੰਦੇ? ਜਿੰਨੀਆਂ ਵੀ ਚਾਹਾਂ ਇਹਨਾਂ ਦੇ ਵਿੱਚ ਜਿੰਨਾ ਮਟੀਰੀਅਲ ਅਸੀਂ ਤੁਹਾਨੂੰ ਦੱਸ ਦਿੱਤਾ ਵਾ, ਇਲਾਚੀ ਵਾ, ਤੁਲਸੀ ਵਾ, ਗੁਲਾਬ ਹੈ, ਛੋਟੀ ਇਲਾਚੀ ਆ, ਕਾਲੀ ਮਿਰਚ ਵਾ, ਇਹ ਸਭ ਚੀਜ਼ਾਂ ਨੂੰ ਤੁਸੀਂ ਨੈੱਟ 'ਤੇ ਦੇਖ ਸਕਦੇ ਹੋ। ਬਦਾਮ ਹੈ, ਖਸਖਾਸ ਹੈ, ਇਹ ਜਿੰਨਾ ਵੀ ਸਾਰਾ ਸਮਾਨ ਹੈ ਸਾਰਾ ਨੈਚੁਰਲ ਚੀਜ਼ਾਂ ਵਾ। ਨੈਚੁਰਲ ਚੀਜ਼ਾਂ ਦਾ ਇਸਤੇਮਾਲ ਅਸੀਂ ਚਾਹ 'ਚ ਕਰਨਾ, ਉਹਦੇ ਤੁਹਾਡੇ ਸਰੀਰ ਤੋਂ ਸਵਾਸਥ ਦੇ ਮਨ ਲਈ ਬਹੁਤ ਅੱਛਾ ਅਸਰ ਪੈਂਦਾ। ਅਤੇ ਬਦਾਮਾਂ ਵਾਲੀ ਚਾਹ ਦੇ ਨਾਲ ਕੀ ਫਾਇਦੇ ਹੁੰਦੇ? ਬਦਾਮ ਦੇ ਵਿੱਚ ਛੱਤੀ ਗੁਣ ਹੁੰਦੇ ਜੀ, ਉਸ ਤੋਂ ਇਲਾਵਾ ਬਦਾਮਾਂ ਦੀ ਚਾਹ ਦੇ ਵਿੱਚ ਮੱਖਣ ਹੁੰਦਾ ਵਾ, ਕਰੀਮ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੰਦੇ ਦੇ ਸਵਾਸਥ ਲਈ ਇੱਕ ਬਿਹਤਰ ਟੋਨਿਕ ਕਹਿ ਲਓ ਤੁਸੀਂ, ਟੋਨਿਕ ਦੇ ਰੂਪ 'ਚ ਕੰਮ ਕਰਦੇ। ਅਤੇ ਵਿੱਕੀ ਭਾਅ ਜੀ ਮੈਨੂੰ ਇਹ ਦੱਸੋ ਜਿਹੜਾ ਜਲ ਲਿਆਉਂਦੇ ਹੋ ਹਰਿਦੁਆਰ ਤੋਂ ਕਿਵੇਂ ਲਿਆਂਦਾ ਜਾਂਦਾ ਜਲ, ਕਿਉਂਕਿ ਹਰਿਦੁਆਰ ਤਾਂ ਬਹੁਤ ਦੂਰ ਹੈ, ਅਤੇ ਡੇਲੀ ਜਲ ਕਿਵੇਂ ਲੈ ਆਉਂਦੇ ਹੋ? ਨਹੀਂ ਜੀ, ਉੱਥੋਂ ਦੇ ਸਾਡੇ ਜਿਹੜੇ ਮੰਦਰਾਂ ਦੇ ਪੁਜਾਰੀ ਹੈ ਜਿੱਥੋਂ ਇਹ ਆਪਣਾ ਗੰਗਾ ਨਿਕਲਦੀ ਆ, ਉਹ ਪੁਜਾਰੀ ਜਿਹੜੇ ਕੁਛ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਹੁੰਦੇ ਆ, ਉਹਨਾਂ ਦੇ ਕੋਈ ਨਾ ਕੋਈ ਸਦੱਸਿਆ ਇੱਥੇ ਆਉਂਦੇ ਜਾਂਦੇ ਰਹਿੰਦੇ, ਅਸੀਂ ਉਹਨਾਂ ਕੋਲ ਮੰਗਾਉਂਦੇ ਰਹਿੰਦੇ ਹਾਂ।
ਸਾਡੀ ਦੁਕਾਨ ਬਹੁਤ ਪੁਰਾਣੀ ਹੋਣ ਕਰਕੇ ਸਾਡੇ ਦਾਦਾ ਜੀ ਦਾ ਨਾਂ ਸਾਡੇ ਪਿਤਾ ਜੀ ਦਾ ਨਾਂ ਅਤੇ ਉਹਨਾਂ ਦਾ ਜਾਣਨ ਕਰਕੇ ਸਵੇਰੇ ਜਿੰਨੇ ਵੀ VIP ਲੋਕ ਆ ਸਵੇਰੇ ਸ਼ਹਿਰ ਦੇ ਨਿਕਲਣ ਤੋਂ ਬਾਅਦ ਚਾਹ ਪੀਣੀ ਹੈ। ਚਾਹ ਪੀਣ ਤੋਂ ਬਾਅਦ ਉਹਨਾਂ ਨੇ ਇਹਨਾਂ ਦੁਕਾਨਾਂ ਦੇ ਉੱਤੇ ਪਹੁੰਚਣਾ। ਉਹਨਾਂ 'ਚ ਸਾਡੀ ਦੁਕਾਨ ਜਿਹੜੀ ਆ ਪੁਰਾਣੀ ਹੋਣ ਕਰਕੇ ਸਾਡੇ ਪਿਤਾ ਜੀ ਦੇ ਨਾਮ ਕਰਕੇ ਜਾਂ ਸਾਡੇ ਦਾਦਾ ਜੀ ਨਾਮ ਕਰਕੇ ਇੰਨੀ ਜਿਹੀ ਚਾਹ ਅਸੀਂ ਵਧੀਆ ਚਾਹ ਜਿਹੜੀ ਬਣਾਉਂਦੇ ਰਹੇ ਉਹਦੇ ਕਾਰਨ ਸਾਡੇ ਕੋਲ ਗਾਹਕ ਆਉਂਦੇ। ਮੈਨੂੰ ਇਹ ਦੱਸੋ ਵਿੱਚ ਭਾਅ ਜੀ ਸਵੇਰ ਦਾ ਦਿਨ ਚਾਰਿਆ ਕਿਵੇਂ ਸ਼ੁਰੂਆਤ ਹੁੰਦੀ ਹੈ, ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਤੁਹਾਡੀ? ਸਵੇਰੇ ਆਪਾਂ ਲਗਭਗ 6 ਵਜੇ ਆਪਣਾ ਉੱਠ ਕੇ ਨਹਾ ਧੋ ਕੇ ਮੰਦਰਾਂ ਦੇ ਵਿੱਚ ਆਪਣਾ ਜਾਈਦਾ, ਭਗਵਾਨ ਅੱਗੇ ਪ੍ਰਾਰਥਨਾ ਕਰੀ ਦੀ ਕਿ ਅਸੀਂ ਆਪਣੇ ਕੰਮ ਨੂੰ ਜਾਈਏ। ਉਸ ਤੋਂ ਬਾਅਦ ਅਸੀਂ ਉੱਥੋਂ ਗੁਲਾਬ ਤੁਲਸੀ ਨਾਲ ਲੈ ਕੇ ਫਿਰ ਆਪਣਾ ਕੰਮ ਦੀ ਸ਼ੁਰੂਆਤ 6:30-7 ਵਜੇ ਦੁਕਾਨ ਜਿਹੜੀ ਹੈ ਚਾਲੂ ਕਰ ਦਿੰਦੇ। ਅਤੇ ਮੈਨੂੰ ਇਹ ਦੱਸੋ ਭਾਅ ਜੀ 9 ਵਜੇ ਤਾਂ ਉੱਥੇ ਤੁਸੀਂ ਬੈਠਦੇ ਹੋ ਰਾਤ? ਅਸੀਂ ਸਮੇਂ ਸਵੇਰੇ 6:30-7 ਵਜੇ ਤੱਕ ਦੁਕਾਨ 'ਤੇ, ਉਸ ਤੋਂ ਬਾਅਦ ਅਸੀਂ ਆਪਣੇ ਚੱਲ ਜਾਈਏ। ਤੁਸੀਂ ਦੇਖ ਰਹੇ ਹੋ ਜੀ ਵਿੱਕੀ ਭਾਅ ਜੀ ਜਿਹੜੇ ਨੇ ਚਾਹ 7 ਤਰ੍ਹਾਂ ਦੀਆਂ ਚਾਹ ਬਣਾਉਂਦੇ ਨੇ, ਪਰ ਚਾਹ ਦੇ ਜਿਹੜੀ ਬਦਾਮਾਂ ਵਾਲੀ ਚਾਹ ਹੈ ਇਹਨਾਂ ਦੇ ਕਹਿਣ ਮੁਤਾਬਕ ਇਹ ਸਿਰਫ ਇਹਨਾਂ ਵੱਲੋਂ ਹੀ ਬਣਾਈ ਜਾਂਦੀ ਹੈ। ਇਹ ਰੈਸਪੀ ਜਿਹੜੀ ਹੈ ਇਹਨਾਂ ਦੇ ਜਿਹੜੇ 3 ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ, ਪੰਜਾਬ ਜਾਂ ਭਾਰਤ ਦੇ ਵਿੱਚ ਹੋਰ ਕਿਤੇ ਵੀ ਇਸ ਤਰ੍ਹਾਂ ਦੀ ਚਾਹ ਨਹੀਂ ਮਿਲਦੀ। ਅਤੇ ਵਿੱਕੀ ਭਾਅ ਜੀ ਮੈਨੂੰ ਇਹ ਦੱਸੋ ਚਾਹ ਤੁਸੀਂ ਬਣਾ ਰਹੇ ਹੋ 3 ਪੀੜ੍ਹੀਆਂ ਤੋਂ ਬਣਾ ਰਹੇ ਹੋ, ਲੇਕਿਨ ਦੁਕਾਨ ਤੁਹਾਡੀ ਬਹੁਤ ਛੋਟੀ ਜਿਹੀ ਹੈ, ਕਦੇ ਮਨ ਦੇ ਵਿੱਚ ਆਇਆ ਨਹੀਂ ਕਿ ਹੁਣ ਜਿਹੜਾ ਬਿਜ਼ਨਸ ਵਧਾਇਆ ਜਾਵੇ ਦੁਕਾਨ ਜਿਹੜੀ ਵੱਡੀ ਪਾਈ ਜਾਵੇ? ਨਹੀਂ, ਬਿਜ਼ਨਸ ਵਧਾਉਣ ਦੀ ਪਹਿਲੀ ਗੱਲ ਪ੍ਰਾਥਮਿਕਤਾ ਇਹ ਹੈਗੀ ਹੈ ਕਿ ਅਸੀਂ ਜਿਹੜਾ ਕੰਮ ਇੰਨੇ ਜੋ ਕਰਦੇ ਆਏ ਸਾਡੇ ਬਜ਼ੁਰਗਾਂ, ਜਿਸ ਕਰਕੇ ਥੋੜ੍ਹਾ ਸਮਾਨ ਹੁੰਦਾ, ਅਤੇ ਇਹਨੇ ਦੁਕਾਨ ਇੰਨੀ ਪੁਰਾਣੀ ਹੈ, ਚਾਹ ਇਸੇ ਜਗ੍ਹਾ 'ਤੇ ਵੇਚਦੇ ਪਏ, ਉਹ ਬੜੀ ਖੁਸ਼ੀ ਹੁੰਦੀ। ਦੂਸਰੀ ਗੱਲ ਅੱਜ ਦੇ ਜੀਵਨ ਦੀ ਵਿਵਸਥਾ ਵਿੱਚ ਜਿੰਨੇ ਅਸੀਂ ਵਧੀਆ ਤਰੀਕੇ ਦੀ ਚਾਹ ਬਣਾਉਣੀ ਉਹ 'ਤੇ ਜਿੰਨਾ ਅਸੀਂ ਪੈਸਾ ਖਰਚ ਕਰਨਾ, ਉਸ ਤੋਂ ਜ਼ਿਆਦਾ ਸਾਨੂੰ ਰਾਤ ਨੂੰ ਬੜੀ ਮੁਸ਼ਕਲ ਰੋਟੀ ਪਾਣੀ ਸਾਡੀ ਵਿਵਸਥਾ ਚੱਲ ਪਾਉਣੀ ਹੈ। ਅਗਰ ਅਸੀਂ ਚਾਹੀਏ ਵੀ ਕੋਈ ਵੱਡੀ ਦੁਕਾਨ ਜਾਂ ਅਸੀਂ ਵੱਡਾ ਕੋਈ ਰੈਸਟੋਰੈਂਟ ਖੋਲ੍ਹਣਾ ਚਾਹੀਏ, ਅਤੇ ਉਹਦੇ ਪਾਸੇ ਸਾਡੇ ਕੋਲ ਪੈਸੇ ਦੀ ਵਿਵਸਥਾ ਜਿਹੜੀ ਉਹ ਸਾਡੇ ਕੋਲ ਉਪਲਬਧ ਨਹੀਂ ਹੈਗੀ। ਮਤਲਬ ਜਿਹੜੇ ਆਉਂਦੇ ਨੇ ਸੈਲਾਨੀ ਆਉਂਦੇ ਨੇ ਸਿਰਫ ਪੰਜਾਬ ਤੋਂ ਹੀ ਆਉਂਦੇ ਜਾਂ ਪੰਜਾਬ ਤੋਂ ਬਾਹਰ ਵੀ ਆਉਂਦੇ ਨੇ ਸੈਲਾਨੀ ਜੀ ਇੱਥੇ? ਇਸ ਦੇ ਬਾਅਦ ਦੂਸਰੇ ਹਿੱਸਿਆਂ 'ਚੋਂ ਵੀ ਜਿਹੜੇ ਸਾਡੇ ਦੇਸ਼ ਦੇ ਲੋਕ ਬਾਹਰ ਵੀ ਜਾਂਦੇ ਆ ਜਾਂ ਬਾਹਰੋਂ ਇੱਥੇ ਦੁਬਾਰਾ ਇੱਥੇ ਘੁੰਮਣ ਆਉਂਦੇ ਅੰਮ੍ਰਿਤਸਰ, ਉਹ ਸਾਡੇ ਕੋਲ ਚਾਹ ਜ਼ਰੂਰ ਪੀ ਕੇ ਜਾਂਦੇ। ਵਿੱਚ ਭਾਅ ਜੀ ਮੈਨੂੰ ਇਹ ਦੱਸੋ ਕਿੰਨੀ ਸੰਤੁਸ਼ਟੀ ਹੁੰਦੀ ਹੈ ਅੱਜ ਤੁਹਾਡਾ ਨਾਮ ਹੈ ਜਿਹੜਾ ਪੂਰੇ ਵਰਲਡ ਦੇ ਵਿੱਚ ਜਾਣਿਆ ਜਾਂਦਾ, ਜੇ ਕਿਸੇ ਨੂੰ ਪੁੱਛ ਲਈਏ ਬਦਾਮਾਂ ਵਾਲੀ ਚਾਹ ਜਦੋਂ ਨੈੱਟ 'ਤੇ ਸਰਚ ਮਾਰੀਏ ਤਾਂ ਤੁਹਾਡਾ ਨਾਮ ਆ ਜਾਂਦਾ ਪਹਿਲਾਂ, ਅਤੇ ਕਿੰਨੀ ਸੰਤੁਸ਼ਟੀ ਹੁੰਦੀ ਮਨ ਨੂੰ? ਇਹ ਬੜੀ ਸੰਤੁਸ਼ਟੀ ਵਾਲੀ ਗੱਲ ਹੈ ਕਿਉਂਕਿ ਸਾਡੇ ਪਿਤਾ ਜੀ ਨੂੰ ਜਾਂ ਸਾਡੇ ਦਾਦਾ ਜੀ ਨੂੰ ਵੀ ਇਸੇ ਤਰ੍ਹਾਂ ਜਾਣਿਆ ਜਾਂਦਾ ਸੀ ਕਿ ਚਾਹ ਬਹੁਤ ਵਧੀਆ ਬਣਾਉਂਦੇ ਆ, ਜੋ ਵੀ ਸਾਡਾ ਕੰਮ ਆ ਚਾਹੇ ਛੋਟਾ ਜਿਹਾ ਹੀ ਕੰਮ ਹੈ ਉਹ ਵੀ ਇਸੇ ਕੰਮ ਦੇ ਨਾਲ ਹੀ ਉਹਨਾਂ ਦੀ ਜਿੱਤਮਾਨ ਮਿਲਦੀ, ਇਸੇ ਕੰਮ ਨਾਲ ਸਾਨੂੰ ਵੀ ਜਿੱਤਮਾਨ ਮਿਲਦੀ ਆ। ਲੋਕ ਜਿਹਨੂੰ ਚਾਹ ਪੀ ਕੇ ਪ੍ਰਸੰਨ ਹੁੰਦੇ ਆ, ਖੁਸ਼ੀ ਮਨਾਉਂਦੇ ਆ ਕਿ ਅਸੀਂ ਬਦਾਮਾਂ ਵਾਲੀ ਚਾਹ ਪੀਤੀ ਆ ਜਾਂ ਕਿਸੇ ਪ੍ਰਕਾਰ ਦੀ ਵੀ ਚਾਹ ਇਹਨਾਂ ਨੇ ਬਣਾ ਕੇ ਦਿੱਤੀ ਆ, ਉਹ ਸਾਨੂੰ ਮਨ ਨੂੰ ਸ਼ਾਂਤੀ ਦਿੱਤੀ, ਸਾਡੇ ਸਰੀਰ ਵਾਸਤੇ ਵੀ ਚੀਜ਼ ਚੰਗੀ ਆ। ਅਸੀਂ ਜੋ ਕੁਛ ਵੀ ਬਣਾਉਣਾ ਅਸੀਂ ਕੁਛ ਛੁਪਾ ਕੇ ਨਹੀਂ ਬਣਾਉਣਾ, ਸਾਰੀ ਜੋ ਸਮਾਨ ਜਿਹੜਾ ਇਹ ਦਿਖਾਇਆ ਜਾਂਦਾ ਇਹ ਸਾਰਾ ਸਮਾਨ ਰੋਜ਼ ਸਵੇਰੇ, ਹਾਂਜੀ ਇਹ ਗੁਲਾਬ ਦੇ ਫੁੱਲ ਹੈ, ਰੋਜ਼ ਲਿਆਉਂਦੇ ਜਾਂਦੇ ਆ, ਇਸੇ ਤਰ੍ਹਾਂ ਸਮਾਨ ਤਾਜ਼ਾ ਲਿਆਂਦਾ ਜਾਂਦਾ। ਤੁਸੀਂ ਦੇਖ ਰਹੇ ਹੋ ਜੀ ਚਾਹ ਜਿਹੜੀ ਹੈ ਫੁੱਲ ਦੀਆਂ ਪੱਤੀਆਂ ਜ਼ਰੂਰ ਪਾਈਆਂ ਜਾਂਦੀਆਂ ਨੇ, ਜਲ ਵੀ ਜਿਹੜਾ ਹਰਿਦੁਆਰ ਤੋਂ ਲੈਂਦਾ ਜਾਂਦਾ, ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਨੋਰਮਲ ਪਾਣੀ ਦੀ ਵਰਤੋਂ ਹੁੰਦੀ ਹੈ, ਲੇਕਿਨ ਇੱਥੇ ਜਲ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਵੀ ਹਰਿਦੁਆਰ ਤੋਂ ਸਪੈਸ਼ਲ ਲੈਂਦਾ ਜਾਂਦਾ ਹੈ। ਅਤੇ ਵਿੱਚ ਭਾਅ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦੂਰ ਦੂਰ ਦਾ NRI ਵੀਰ ਤੁਹਾਨੂੰ ਦੇਖ ਰਹੇ ਨੇ ਜਾਂ ਸੈਲਾਨੀ ਦੇਖ ਰਹੇ ਨੇ, ਜਦੋਂ ਅੰਮ੍ਰਿਤਸਰ ਆਉਣ ਤਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅੰਮ੍ਰਿਤਸਰ ਆਓ ਮਹਾਰਾਜ, ਐਸੀ ਚਾਹ ਇੱਕ ਐਸੀ ਚੀਜ਼ ਹੈ ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਪਿਆਰ ਨਾਲ, ਸਾਡਾ ਪਹਿਲਾ ਪਿਆਰ ਚਾਹ ਹੀ ਹੁੰਦੀ ਹੈ। ਜੇ ਤੁਸੀਂ ਅੰਮ੍ਰਿਤਸਰ ਸ਼ਹਿਰ ਤੋਂ ਆਏ ਹੋ, ਅੰਮ੍ਰਿਤਸਰ ਸ਼ਹਿਰ ਘੁੰਮੋ, PKT ਸਟਾਲ 'ਤੇ ਜ਼ਰੂਰ ਆਓ, ਇੱਕ ਵਾਰੀ ਚਾਹ ਪੀ ਕੇ ਆਪਣਾ ਤੁਸੀਂ ਸੁੱਖ ਦਾ ਅਨੁਭਵ ਮਹਿਸੂਸ ਕਰੋਗੇ, ਆਨੰਦ ਕਰੋਗੇ। ਐਡਰੈਸ ਜ਼ਰੂਰ ਬੋਲ ਦਿਓ ਆਪਣਾ ਜੀ। ਇਹ ਆਪਣੀ ਦੁਕਾਨ ਹੈ ਜੀ, VKT ਸਟਾਲ, ਕਚਹਿਰੀ ਰੋਡ, ਭੰਡਾਰੀ ਪੁਲ ਤੋਂ ਉੱਤਰਦੇ ਸਾਰ ਅਸ਼ੋਕਾ ਚੌਂਕ। ਵਿੱਕੀ ਭਾਅ ਜੀ ਨੇ ਦੱਸਿਆ ਜੀ ਚਾਹ ਦੀਆਂ ਰੈਸਪੀ ਹੈ ਜਿਹੜੀ ਬਦਾਮਾਂ ਵਾਲੀ ਚਾਹ ਹੈ ਇਹਨਾਂ ਦੇ ਇੱਥੇ ਬਣਾਈ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੇ ਵੱਡੇ ਰੈਸਟੋਰੈਂਟ ਛੱਡ ਕੇ ਓਪਨ ਹਵਾ ਦੇ ਵਿੱਚ ਜਿਹੜੇ ਆ ਚਾਹ ਦਾ ਆਨੰਦ ਮਾਣਿਆ ਜਾ ਰਿਹਾ, ਵੀਰ ਸਾਡੇ ਬੈਠੇ ਨੇ ਚਾਹ ਦੇ ਮਜ਼ੇ ਲੈ ਰਹੇ ਨੇ। ਭਾਅ ਜੀ ਜਾਣਨਾ ਚਾਹੁੰਦੇ ਜੀ ਵੱਡੇ ਵੱਡੇ ਰੈਸਟੋਰੈਂਟ AC ਦੇ ਵਿੱਚ ਬੈਠਣ ਦੀ ਬਜਾਏ ਤੁਸੀਂ ਅੱਜ ਇੱਥੇ ਓਪਨ 'ਚ ਬੈਠੇ ਹੋ, ਕੀ ਸਵਾਦ ਇਸ ਚਾਹ ਦੇ ਵਿੱਚ, ਕਿੰਨੀ ਕੀ ਖਾਸੀਅਤ ਹੈ ਇਸ ਚਾਹ? ਭਾਅ ਜੀ ਨੇ ਸਭ ਕੁਝ ਫੇਰ ਕਰਤਾ, ਮੈਂ ਅੱਜ ਪਹਿਲੀ ਵਾਰ ਪੀਤੀ ਹੈ ਅਤੇ ਮੈਂ ਹੋਰਾਂ ਨੂੰ ਵੀ ਕਹਾਂਗਾ ਇੱਥੇ ਆਣ ਕੇ ਪੀਣ, ਵਧੀਆ ਚਾਹ, ਬਹੁਤ ਵਧੀਆ। ਮੈਂ ਪਹਿਲੀ ਵਾਰ ਬਦਾਮਾਂ ਵਾਲੀ ਚਾਹ ਪੀਤੀ ਹੈ। ਅਸੀਂ ਜ਼ਿਆਦਾਤਰ ਜੇ ਰਿਸ਼ਤੇਦਾਰ, ਭੈਣ ਭਰਾ, ਯਾਰ ਦੋਸਤ ਆ ਜਾਂਦਾ ਤਾਂ ਸੁਲਾ ਜ਼ਰੂਰ ਮਾਰਦੇ ਹਾਂ, ਚਾਹ ਦੀ ਸੁਲਾ ਮਾਰੀ ਜਾਂਦੀ, ਅੱਜ ਚਾਹ ਪਿਲਾ ਵੀ ਰਹੇ ਹੋ ਤੁਸੀਂ? ਬਿਲਕੁਲ ਬਿਲਕੁਲ, ਚਾਹ ਪੀਣ ਦੇ ਪਿਲਾ ਰਹੇ ਹਾਂ ਅਤੇ ਬਹੁਤ ਵਧੀਆ ਲੱਗ ਰਿਹਾ। ਅਤੇ ਭਾਅ ਜੀ ਜਾਣਨਾ ਚਾਹੁੰਦੇ ਹਾਂ ਜੀ, ਪੰਜਾਬੀਆਂ ਦਾ ਚਾਹ ਨਾਲ ਬਹੁਤ ਪੁਰਾਣਾ ਪਿਆਰ ਹੈ ਜੀ, ਜਿੱਥੇ ਵੀ ਜਾਂਦੇ ਆ ਪੰਜਾਬੀ ਚਾਹ ਦੀ ਡਿਮਾਂਡ ਜ਼ਰੂਰ ਕਰਦੇ ਆ, ਤੁਸੀਂ ਵੀ ਬੈਠੇ ਹੋ, ਰੈਸਟੋਰੈਂਟ ਚਾਹ ਪੀਤੀ ਜਾਂਦੀ ਹੈ ਜ਼ਿਆਦਾਤਰ ਅਸੀਂ ਜਦੋਂ ਰਿਸ਼ਤੇਦਾਰ ਆਉਂਦੇ ਆ। ਹਾਂਜੀ ਰੈਸਟੋਰੈਂਟ ਫੇਲ ਹੈ ਜੀ, ਇਹਦੇ ਖੜੀ ਬਦਾਮਾਂ ਵਾਲੀ ਪੀ ਰਹੇ ਹੋ? ਬਿਲਕੁਲ ਬਦਾਮਾਂ ਵਾਲੀ ਹੈ ਜੀ, ਮੈਂ ਪਹਿਲੀ ਵਾਰ ਪੀਤੀ ਅੱਜ।
ਤੁਸੀਂ ਲਓ ਨਜ਼ਾਰੇ ਚਾਹ ਦੇ ਅਤੇ ਭਰਾ ਸਾਡੇ ਨਾਲ ਹੈ ਭਰਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਚਾਹ ਬਾਰੇ ਭਾਅ ਜੀ ਦੀ ਚਾਹ ਦੇ ਬਹੁਤ ਚਰਚੇ ਨੇ ਦੂਰ ਦੂਰ ਤਾਈਂ ਕਿ ਬਹੁਤ ਵਧੀਆ ਚਾਹ ਬਣਾਉਂਦੇ ਨੇ ਚਾਹ ਤਾਂ ਬਹੁਤ ਸਵਾਦ ਹੈ ਜੀ ਬਹੁਤ ਵਧੀਆ ਟੇਸਟ ਬਹੁਤ ਵਧੀਆ ਹੈ ਇਹਦੇ ਨਾਲ ਦੀ ਚਾਹ ਨਹੀਂ ਪੀਤੀ ਅੱਜ ਤੱਕ ਚਾਹ ਵੈਸੇ ਪੰਜਾਬੀਆਂ ਦੀ ਸਵੇਰ ਹੀ ਚਾਹ ਪੀਣ ਤੋਂ ਸ਼ੁਰੂ ਹੁੰਦੀ ਆ ਅਤੇ ਬਦਾਮਾਂ ਵਾਲੀ ਚਾਹ ਮਿਲ ਜੇ ਇਹਦੇ ਨਾਲ ਦੇ ਕਿਆ ਨਜ਼ਾਰੇ ਆ ਮੈਂ ਤਾਂ ਹੋਰ ਵੀ ਕਹੂੰਗਾ ਵੀ ਸਾਰੇ ਜਾਣੇ ਆਉਣ ਇੱਥੋਂ ਪੀਣ ਬਹੁਤ ਵਧੀਆ ਚਾਹ ਇਹਨਾਂ ਦੀ ਜਿਹੜੀ ਹੋਰ ਕਿਤੇ ਚਾਹ ਪੀਤੀ ਬਦਾਮਾਂ ਵਾਲੀ ਤੁਸੀਂ ਨਹੀਂ ਹੋਰ ਕਿਤੇ ਨਹੀਂ ਪੀਤੀ ਇੱਥੇ ਪੀਤੀ ਇਹਨਾਂ ਕੋਈ ਸਾਨੂੰ ਇਹ ਵੀ ਪਤਾ ਚੱਲਿਆ ਕਿ ਜਿਹੜਾ ਪਾਣੀ ਦੀ ਥਾਂ 'ਤੇ ਜਲ ਵਰਤੋਂ ਦੇ ਵਿੱਚ ਲਿਆਉਂਦੇ ਹਰਿਦੁਆਰ ਤੋਂ ਜਲ ਲਿਆ ਕੇ ਚਾਹ ਦੇ ਵਿੱਚ ਪਾਉਂਦੇ ਨੇ ਉਹ ਤਾਂ ਹੋਰ ਵਧੀਆ ਉਹ ਤਾਂ ਸੋਨੇ ਦੇ ਸੁਹਾਗਾ ਭਾਅ ਜੀ ਬਹੁਤ ਵਧੀਆ ਚੀਜ਼ ਆ ਪਵਿੱਤਰ ਜਲ ਲਿਆ ਕੇ ਪਾਉਂਦੇ ਆ ਮੰਦਰਾਂ ਦੇ ਵਿੱਚ ਫੁੱਲ ਚੜ੍ਹਾਏ ਜਾਂਦੇ ਨੇ ਅਸੀਂ ਜ਼ਿਆਦਾਤਰ ਪਰ ਇਹ ਚਾਹ ਦੇ ਵਿੱਚ ਵੀ ਫੁੱਲ ਦੀਆਂ ਪੱਤੀਆਂ ਪਾਉਂਦੇ ਨੇ ਜੀ ਇਹ ਤਾਂ ਕਿਆ ਬਾਤ ਹੈ ਤਾਂ ਉਹੀ ਤਾਂ ਸਵਾਦ ਹੈ ਚਾਹ ਦਾ ਤਾਂ ਹੀ ਤਾਂ ਕਹਿੰਦੇ ਵੀ ਸਾਰੇ ਜਣੇ ਆਓ ਇੱਥੇ ਜਾ ਕੇ ਪੀ ਕੇ ਵੇਖੋ ਫਿਰ ਪਤਾ ਲੱਗੇਗਾ ਅੰਮ੍ਰਿਤਸਰ ਤੋਂ ਆਏ ਜੀ ਹਾਂਜੀ ਅੰਮ੍ਰਿਤਸਰ ਤੋਂ ਜੀ ਚਾਹ ਹੋਰ ਵੀ ਬੜੀਆਂ ਤਰ੍ਹਾਂ ਦੀਆਂ ਨੇ ਪਹਿਲੀ ਵਾਰ ਚਾਹ ਤੁਸੀਂ ਵੀ ਬਦਾਮਾਂ ਵਾਲੀ ਪੀ ਰਹੇ ਹੋ ਦੁੱਧ ਬਦਾਮਾਂ ਵਾਲਾ ਜ਼ਰੂਰ ਸੁਣਿਆ ਜਾਂ ਖੀਰ ਸੁਣੀ ਬਦਾਮਾਂ ਵਾਲੀ ਚਾਹ ਤਾਂ ਪਹਿਲੀ ਵਾਰ ਸੁਣਿਆ ਹਾਂ ਦੁੱਧ ਖੀਰ ਸੁਣਿਆ ਜੀ ਚਾਹ ਪਹਿਲੀ ਵਾਰੀ ਸੁਣੀ ਜਾ ਚਾਹ ਦਾ ਟੇਸਟ ਵੀ ਬਹੁਤ ਵਧੀਆ ਅਤੇ ਜਿਹੜੇ NRI ਵੀਰ ਤੁਹਾਨੂੰ ਦੇਖ ਰਹੇ ਨੇ ਹਲਚਲ ਟੀਵੀ ਕੈਨੇਡਾ ਦੇ ਤੁਸੀਂ ਇਸ ਵੇਲੇ ਲਾਈਵ ਹੋ ਉੱਥੋਂ ਦੇ ਜਿਹੜੇ NRI ਵੀਰ ਤੁਹਾਨੂੰ ਦੇਖ ਰਹੇ ਨੇ ਕੀ ਜਾਣਾ ਚਾਹੁੰਦੇ ਉਹਨਾਂ ਨੂੰ ਮੈਂ ਇਹਨਾਂ ਨੂੰ ਕਹੂੰਗਾ ਵੀ ਉਹ ਆਉਂਦੇ ਨੇ ਵੱਡੀਆਂ ਵੱਡੀਆਂ ਰੈਸਟੋਰੈਂਟਾਂ 'ਤੇ ਖਲੋਂਦੇ ਨੇ ਪਰ ਇੱਕ ਵਾਰੀ ਇੱਥੇ ਆ ਕੇ ਖਲੋਵੋ ਦੁਕਾਨ ਚਾਹੇ ਛੋਟੀ ਜਿਹੀ ਪਰ ਇਹਦੇ ਵੱਡੇ ਵੱਡੇ ਰੈਸਟੋਰੈਂਟਾਂ ਦੀ ਫੇਲ ਕਰ ਦਿੰਦੀ ਆ ਇੱਦਾਂ ਦੀ ਚਾਹ ਨਹੀਂ ਮਿਲਣੀ ਤੁਹਾਨੂੰ ਕਿਤੇ ਵੀ ਪਰ AC ਦੀ ਹਵਾ ਨਾਲੋਂ ਆ ਜਿਹੜੀ ਓਪਨ ਹਵਾ 'ਚ ਬੈਠੇ ਉਹਦੇ ਨਾਲ ਮਜ਼ਾ ਆ ਰਿਹਾ ਜ਼ਿਆਦਾ ਹਾਂ ਬਹੁਤ ਮਜ਼ਾ ਆ ਰਿਹਾ ਜੀ ਬਹੁਤ ਖੁੱਲ੍ਹਾ ਇਨਵਾਇਰਮੈਂਟ ਆ ਬਹੁਤ ਵਧੀਆ ਬਹੁਤ ਮਜ਼ਾ ਆ ਰਿਹਾ ਇੱਥੇ ਬੈਠਾ ਸਾਰੇ ਪੇਂਡੂ ਭਰਾਵਾਂ ਆਪਾਂ ਵੀਰੇ ਜਿਸ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਆਪਾਂ ਪੀਂਦੇ ਨਹੀਂ ਸੱਥ ਬਣਾ ਲੈਣੀ ਚਾਹ ਪੀਣੀ ਅੱਜ ਤੁਹਾਨੂੰ ਵੇਖ ਕੇ ਸਾਨੂੰ ਪਿੰਡਾਂ ਦੀ ਯਾਦ ਆ ਗਈ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਇੱਦਾਂ ਵੱਖਰਾ ਹੀ ਆ ਨਾਲੇ ਰੋਡ ਚੱਲਣ ਡਿਆ ਰੌਣਕ ਵੇਖਣ ਡੇ ਨਾਲ ਚਾਹ ਪੀਣ ਡੇ ਆ ਨਜ਼ਾਰੇ ਫੁੱਲ ਹੈ ਫੁੱਲ ਨਜ਼ਾਰੇ ਅਸੀਂ ਅਚਾਨਕ ਹੀ ਆਏ ਤਾਂ ਵੇਖਿਆ ਚੰਗੇ ਚਲ ਚਾਹ ਪੀ ਕੇ ਜਾਂਦੇ ਹਾਂ ਤੋ ਅੱਜ ਮੈਂ ਤੁਹਾਨੂੰ ਪਹਿਲੀ ਵਾਰ ਆਪਾਂ ਪੀਤੀ ਬਦਾਮਾਂ ਵਾਲੀ ਮਜ਼ਾ ਆ ਗਿਆ ਫੁੱਲ ਬੜਾ ਸੋ ਤੁਸੀਂ ਵੀ ਅੰਮ੍ਰਿਤਸਰ ਆਓ ਤਾਂ ਚਾਹ ਜ਼ਰੂਰ ਪੀਓ ਚਾਹਵਾਂ ਅਸੀਂ ਬਹੁਤ ਪੀਤੀਆਂ ਨੇ ਰਿਸ਼ਤੇਦਾਰਾਂ ਨੂੰ ਵੀ ਸੁਲਾਹ ਜ਼ਰੂਰ ਮਾਰਦੇ ਆ ਚਾਹ ਦੀ ਕਿਉਂਕਿ ਪੰਜਾਬੀਆਂ ਦਾ ਜਿਹੜਾ ਚਾਹ ਨਾਲ ਪੁਰਾਣਾ ਰਿਸ਼ਤਾ ਹੈ ਨਾਤਾ ਹੈ ਚਾਹ ਦੀ ਸੁਲਾਹ ਮਾਰਦੇ ਹਾਂ ਚਾਹ ਬਾਰੇ ਪੁੱਛਦੇ ਜ਼ਰੂਰ ਹਾਂ ਪਰ ਜੇ ਅੰਮ੍ਰਿਤਸਰ ਆ ਰਹੇ ਹੋ ਤਾਂ ਬਦਾਮਾਂ ਵਾਲੀ ਚਾਹ ਜ਼ਰੂਰ ਪੀਓ ਕਿਉਂਕਿ ਇਹ ਛੋਟੀ ਜਿਹੀ ਦੁਕਾਨ ਹੈ ਜਿਹੜੀ ਭੰਡਾਰੀ ਪੁੱਲ ਉਤਰੀ ਹੈ ਜਦੋਂ ਦਾ ਭੰਡਾਰੀ ਪੁੱਲ ਉਤਰਦੇ ਆ ਸਾਰੀ ਵਿੱਚ ਹੀ ਟੀ ਸਟਾਲ ਹੈ ਛੋਟੀ ਜਿਹੀ ਦੁਕਾਨ ਹੈ ਪਰ ਚਾਹ ਜਿਹੜੀ ਹੈ ਬਦਾਮਾਂ ਵਾਲੀ ਫੁੱਲ ਦੀ ਪੱਤੀਆਂ ਵਾਲੀ ਚਾਹ ਔਰ ਹਰਿਦੁਆਰ ਤੋਂ ਜਲ ਲਿਆ ਕੇ ਜਿਹੜਾ ਚਾਹ ਦੇ ਵਿੱਚ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਹੈ ਸੋ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਹਲਚਲ ਟੀਵੀ ਕੈਨੇਡਾ ਨਾਲ